ਅੱਜ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੇ ਸਥਾਪਨਾ ਦੀ 75ਵੀਂ ਵਰੇਗੰਢ ਹੈ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦਿਵਸ ਤੇ ਸੰਘਰਸ਼ ਖੇਤਰਾਂ ਵਿੱਚ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸਨਮਾਨਿਤ ਕੀਤਾ ਕਾਂਗੋ ਤੋਂ ਲਾਈਬੇਰੀਆ ਤੇ ਦੱਖਣ ਸੁਡਾਨ ਤੱਕ ਭਾਰਤ ਨੇ 51 ਤੋਂ ਵੱਧ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿੱਚ ਸ਼ਾਂਤੀ ਸੈਨਾ ਦੇ ਰੂਪ ਵਿੱਚ 3 ਲੱਖ ਤੋਂ ਵੱਧ ਫੌਜੀਆਂ ਨੂੰ ਤਾਇਨਾਤ ਕੀਤਾ ਹੈ ਇਸ ਮੌਕੇ ਪਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾ ਦੇ ਅੰਤਰਰਾਸ਼ਟਰੀ ਦਿਵਸ ਤੇ ਦੁਨੀਆ ਭਰ ਦੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾ ਦੇ ਸਹਾ ਸਮਰਪਣ ਅਤੇ ਵਚਨਬੱਧਤਾ ਲਈ ਸਲਾਮ ਕੀਤਾ ਹੈ ਇਸ ਦੌਰਾਨ ਫਲ ਸੈਨਾ ਮੁਖੀ ਜਨਰਲ ਮਨੋਜ ਪਾਲਡੇ ਅਤੇ ਸੰਯੁਕਤ ਰਾਸ਼ਟਰ ਦੇ ਵਿਦੇਸ਼ ਮੰਤralਦਨ ਮੈਂਦਿਆ ਨੇ ਨਵੀਂ ਦਿੱਲੀ ਸਥਿਤ ਕੌਮੀ ਜੰਗੀ ਯਾਦਗਾਰ ਤੇ ਫੁੱਲ ਮਾਲਾਵਾਂ ਚੜਾ ਕੇ ਸ਼ਰਧਾਂਜਲੀ ਪੇਟ ਕੀਤੀ ਇਸ ਬਾਰੇ ਦੇ ਸ਼ਾਂਤੀ ਸੈਨਾ ਦਿਵਸ ਦਾ ਵਿਸ਼ਾ ਪੀਸ ਬਿਗਨਸ ਵਿਦ ਮੀਏ ਯਾਨੀ ਸ਼ਾਂਤੀ ਦੀ ਸ਼ੁਰੂਆਤ ਮੇਰੇ ਤੋਂ ਹੁੰਦੀ ਹੈ